ਹੈਲੋ एवरीवन ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਜੀ ਕੁਐਸਚਨ ਪੇਪਰ ਬੀਏ ਬੀਐਸਸੀ ਜਰਨਲ ਦਾ 5ਥ ਸੈਮੈਸਟਰ ਦਾ ਕੁਐਸਚਨ ਪੇਪਰ ਹੈ ਪੰਜਾਬੀ ਇਲੈਕਟਿਵ ਦਾ ਇਹ ਕੁਐਸਚਨ ਪੇਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਐਸਚਨ ਪੇਪਰ ਹੈ ਸੋ ਜਿਹੜੇ ਵੀ ਸਟੂਡੈਂਟਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਬੀਐਸਸੀ ਕਰ ਰਿਹਾ ਜਰਨਲ 5ਥ ਸੈਮੈਸਟਰ ਦੇ ਵਿੱਚ ਹੈ ਉਹਨਾਂ ਦੇ ਕੋਲ ਸਬਜੈਕਟ ਹੈ ਪੰਜਾਬੀ ਇਲੈਕਟਿਵ ਉਹਨਾਂ ਸਟੂਡੈਂਟਸ ਦੇ ਲਈ ਇਹ ਵੀਡੀਓ ਹੈਲਪਫੁਲ ਰਹੇਗੀ ਸੋ ਬਹੁਤ ਸਾਰੇ ਸਟੂਡੈਂਟਸ ਦੇ ਮੈਨੂੰ ਕਮੈਂਟ ਵੀ ਆ ਰਹੇ ਸੀਗੇ ਕਿ ਸਾਨੂੰ ਪੰਜਾਬੀ ਇਲੈਕਟਿਵ 5th ਸੈਮੈਸਟਰ ਦਾ ਕੁਐਸਚਨ ਪ੍ਰੋਵਾਈਡ ਕਰਵਾਇਆ ਜਾਵੇ ਸੋ ਉਹਨਾਂ ਸਟੂਡੈਂਟਸ ਦੇ ਲਈ ਵੀ ਆ ਇਹ ਵੀਡੀਓ ਹੈਲਪਫੁਲ ਰਹੇਗੀ ਕਿਉਂਕਿ ਜੋ ਵੀ ਤੁਹਾਡੇ ਕਮੈਂਟ ਆਉਂਦੇ ਰਹਿੰਦੇ ਆ ਮੈਂ ਸਭ ਤੋਂ ਪਹਿਲਾਂ ਉਹਨਾਂ ਕਮੈਂਟ ਦੇ ਆਧਾਰ ਤੇ ਹੀ ਵੀਡੀਓ ਨੂੰ ਬਣਾਨੀ ਆ ਤੇ ਅਪਲੋਡ ਕਰਦੀ ਆ ਸੋ ਕਮੈਂਟ ਜ਼ਰੂਰ ਕਰ ਦਿਆ ਕਰੋ ਫਿਰ ਮੈਨੂੰ ਪਤਾ ਚੱਲ ਜਾਂਦਾ ਕਿ ਤੁਹਾਨੂੰ ਕਿਹੜੇ ਕੁਐਸਚਨ ਪੇਪਰ ਦੀ ਜ਼ਰੂਰਤ ਹੈ ਸੋ ਤਾਂ ਜੋ ਮੈਂ ਤੁਹਾਡੇ ਲਈ ਵੀਡੀਓ ਜਲਦ ਤੋਂ ਜਲਦ ਬਣਾ ਸਕਾਂ ਸੋ ਇੱਕ ਕਮੈਂਟ ਆਇਆ ਸੀਗਾ ਕਿਸੇ ਸਟੂਡੈਂਟ ਦਾ ਸੋ ਉਹਨਾਂ ਨੇ ਕਿਹਾ ਸੀ ਸਾਨੂੰ 5th ਸਮੈਸਟਰ ਦਾ ਪੰਜਾਬੀ ਇਲੈਕਟਿਵ ਦਾ ਕੁਐਸਚਨ ਪੇਪਰ ਚਾਹੀਦਾ ਹੈ ਬੀਏ ਦਾ ਸੋ ਉਹਨਾਂ ਦੇ ਲਈ ਵੀ ਹੈ ਇਹ ਵੀਡੀਓ ਸੋ ਜੇਕਰ ਇਸ ਕੁਐਸਚਨ ਪੇਪਰ ਦੀ ਗੱਲ ਕਰੀਏ ਤਾਂ 2022 ਦਾ ਕੁਐਸਚਨ ਪੇਪਰ ਹੈ 2022 ਦਾ ਕੁਐਸਚਨ ਪੇਪਰ ਹੈ ਸੋ ਕੰਪਲੀਟ ਕੁਐਸਚਨ ਪੇਪਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗਾ ਐਗਜ਼ਾਮ ਸੀ ਜੋ ਲਾਸਟ ਟਾਈਮ ਦੇ ਵਿੱਚ ਹੋਏ ਸੀ ਉਹ ਆਨਲਾਈਨ ਮੋਡ ਦੇ ਵਿੱਚ ਹੋਏ ਸੀਗੇ ਕਿਉਂਕਿ ਉਸ ਟਾਈਮ ਤੇ ਵੀ ਕੋਵਿਡ ਸੀ ਤੇ ਐਗਜ਼ਾਮ ਆਫਲਾਈਨ ਕਰਵਾਉਣੇ ਪੋਸੀਬਲ ਨਹੀਂ ਸੀਗੇ ਸੋ ਸਟਾਰਟ ਕਰਦੇ ਹਾਂ ਜੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਐਸਚਨ ਪੇਪਰ ਹੈ 2022 ਦਾ ਬਹੁਤ ਸਾਰੇ ਸਟੂਡੈਂਟਸ ਤੇ ਮੈਨੂੰ ਇਹ ਵੀ ਕਮੈਂਟ ਆਉਂਦੇ ਰਹਿੰਦੇ ਆ ਕਿ ਕਿਹੜੇ ਇਅਰ ਦਾ ਕੁਐਸਚਨ ਪੇਪਰ ਹੈ ਕਿਹੜੀ ਯੂਨੀਵਰਸਿਟੀ ਦਾ ਕੁਐਸਚਨ ਪੇਪਰ ਹੈ ਸੋ ਮੈਂ ਆਪਣੀ ਹਰ ਵੀਡੀਓ ਦੇ ਵਿੱਚ ਦੱਸਦੀ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਐਸਚਨ ਪੇਪਰ ਹੈ ਤੇ 2022 ਦਾ ਕੁਐਸਚਨ ਪੇਪਰ ਹੈ ਸੋ ਜੁ ਜਿਹੜਾ ਤੁਹਾਡਾ ਇਹ ਐਗਜ਼ਾਮ ਹੈ ਇਹ 90 ਮਾਰਕਸ ਦਾ ਹੁੰਦਾ ਹੈ ਤੇ 3 ਆਵਰਜ਼ ਹੁੰਦੇ ਆ ਤੁਹਾਡੇ ਕੋਲ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ 3 ਘੰਟਿਆਂ ਦਾ ਟਾਈਮ ਹੁੰਦਾ ਤੁਹਾਡੇ ਕੋਲ 90 ਨੰਬਰ ਦਾ ਐਗਜ਼ਾਮ ਕੰਪਲੀਟ ਕਰਨ ਦੇ ਲਈ ਨੋਟ ਇਹਨਾਂ ਨੇ ਲਿਖਿਆ ਜੀ ਪ੍ਰਸ਼ਨਾਂ ਦੇ ਉੱਤਰ ਤਰਤੀਬ ਅਨੁਸਾਰ ਦਿੱਤੇ ਜਾਣ ਜੋ ਪ੍ਰਸ਼ਨਾਂ ਦੇ ਉੱਤਰ ਹੈ ਉਹ ਤਰਤੀਬ ਅਨੁਸਾਰ ਤੁਸੀਂ ਦੇਣੇ ਆ ਤੇ ਲਿਖਾਈ ਸੁੰਦਰ ਕੀਤੀ ਜਾਵੇ ਤੇ ਤੁਹਾਡੀ ਲਿਖਾਈ ਸਾਫ ਸੁਥਰੀ ਹੋਣੀ ਚਾਹੀਦੀ ਹੈ ਫਿਰ ਹੀ ਤੁਸੀਂ ਫੁੱਲ ਮਾਰਕਸ ਗੇਨ ਕਰ ਸਕੋਗੇ ਮੈਂ ਸਕਰੀਨ ਤੇ ਤੁਹਾਨੂੰ ਤੁਹਾਡਾ ਕੁਐਸਚਨ ਪੇਪਰ ਸ਼ੋਅ ਕਰਵਾਉਂਗੀ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਜੇਕਰ ਨੋਟ ਕਰਨਾ ਤਾਂ ਤੁਸੀਂ ਨੋਟ ਵੀ ਕਰ ਸਕਦੇ ਹੋ ਫਰਸਟ ਇਹ ਜੀ ਤੁਹਾਡਾ ਕੁਐਸਚਨ ਹੈ ਊੜਾ ਲਿਖਿਆ ਜੀ ਇਹਨਾਂ ਨੇ ਕਿਸੇ ਇੱਕ ਕਾਵ ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਸੋ ਤੁਹਾਨੂੰ ਦੋ ਕਾਵ ਬੰਦ ਦਿੱਤੇ ਹੋਏ ਨੇ ਇਹਨਾਂ ਨੇ ਕਿਸੇ ਇੱਕ ਕਾਵ ਬੰਦ ਦੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਆ 10 ਮਾਰਕਸ ਦਾ ਤੁਹਾਡਾ ਆਨਸਰ ਹੋਵੇਗਾ ਹੋਵੇਗਾ ਸੋ ਤੁਸੀਂ ਆਪਣਾ ਸਾਫ ਸੁਥਰੀ ਲਿਖਾਈ ਦੇ ਵਿੱਚ ਆਪਣਾ ਆਨਸਰ ਦੇਣਾ ਹੈ ਸੋ ਨੈਕਸਟ ਮੈਂ ਤੁਹਾਨੂੰ ਸ਼ੋ ਕਰਵਾਉਣ ਲੱਗੀ ਆ ਭਾਗ ਐਡਾ ਪਾਗ ਇਹੜਾ ਤੁਹਾਨੂੰ ਸਕਰੀਨ ਤੇ ਸ਼ੋਅ ਕਰ ਰਿਆ ਇਹਨਾਂ ਨੇ ਲਿਖਿਆ ਜੀ ਕਿਸੇ ਇੱਕ ਕਵਿਤਾ ਦਾ ਵਿਸ਼ਾ ਵਸਤੂ ਲਿਖੋ ਸੋ ਦੋ ਤੁਹਾਨੂੰ ਕਵਿਤਾਵਾਂ ਦੱਸੀਆਂ ਗਈਆਂ ਨੇ ਇਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਵਿਸ਼ਾ ਵਸਤੂ ਲਿਖਣਾ ਹੈ 10 ਮਾਰਕਸ ਦਾ ਤੁਹਾਡਾ ਆਨਸਰ ਹੋਵੇਗਾ ਦੋ ਇਹਨਾਂ ਨੇ ਆਖਿਆ ਇੱਕ ਆਖਿਆ ਜੀ ਵਾਂਗ ਨਿਭੂਆ ਲਉ ਨਚੋੜ ਸੁੱਟੇ ਸੈਕਿੰਡ ਹੈ ਕੀ ਦਿਲ ਦਾ ਹਾਲ ਸੁਨਾਵਾ ਮੈਂ ਸੋ ਇਹ ਦੋ ਸੀਗੇ ਜੀ ਕਵਿਤਾ ਇਹਨਾਂ ਦਾ ਵਿਸ਼ਾ ਵਸਤੂ ਤੁਸੀਂ ਲਿਖਣਾ ਕਿ ਸਿੱਖਦਾ ਤੇ 10 ਮਾਰਕਸ ਦਾ ਤੁਹਾਡਾ ਆਨਸਰ ਹੁੰਦਾ ਹੈ ਜੋ ਉਸ ਤੋਂ ਬਾਅਦ ਕੁਐਸਚਨ ਨੰਬਰ ਹੈ ਜਿਸ ਸੈਕਿੰਡ ਇਹਦੇ ਵਿੱਚ ਉੜਾ ਭਾਗ ਹੈ ਲਿਖਿਆ ਜੀ ਇਹਨਾਂ ਨੇ ਕਿਸੇ ਇੱਕ ਵਾਰਤਾਲਾਪੀ ਪੈਰੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ਸੋ ਤੁਹਾਨੂੰ ਦੋ ਇਹ ਵਾਰਤਾਲਾਪੀ ਪੈਰੇ ਦਿੱਤੇ ਗਏ ਨੇ ਇਹਨਾਂ ਦੇ ਵਿੱਚੋਂ ਕਿਸੇ ਇੱਕ ਦੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੁੰਦੀ ਹੈ ਤੇ 10 ਮਾਰਕਸ ਦਾ ਤੁਹਾਡਾ ਆਨਸਰ ਹੁੰਦਾ ਹੈ ਸੋ ਨਾਲ ਦੀ ਨਾਲ ਸਕਰੀਨ ਸ਼ਾਟ ਤੁਸੀਂ ਜ਼ਰੂਰ ਲੈ ਲਓ ਸੋ ਇਹ ਤੁਹਾਡਾ ਸਭ ਕੁਝ ਤੁਹਾਡੇ ਸਿਲੇਬਸ ਦੇ ਅਕੋਰਡਿੰਗਲੀ ਤੁਹਾਨੂੰ ਕੁਐਸਚਨ ਪੁੱਛੇ ਜਾਂਦੇ ਨੇ ਸੋ ਪੈਟਰਨ ਵੀ ਤੁਹਾਨੂੰ ਪਤਾ ਹੁੰਦਾ ਪਹਿਲਾਂ ਹੀ ਸੋ ਨੈਕਸਟ ਆਪਾਂ ਸ਼ੋ ਕਰਵਾ ਲਈਆਂ ਜੀ ਮੈਂ ਤੁਹਾਨੂੰ ਕੁਐਸਚਨ ਪੇਪਰ ਤੁਹਾਡਾ ਸੋ ਸ਼ੋ ਕਰ ਰਿਹਾ ਜੀ ਸਕਰੀਨ ਤੇ ਇਹਦੇ ਵਿੱਚ ਇਹਨਾਂ ਨੇ ਲਿਖਿਆ ਜੀ ਊੜਾ ਜੇਨ ਸੱਚ ਪੱਲੇ ਹੋਏ ਨਾਨਕ ਦਾ ਵਿਸ਼ਾ ਵਸਤੂ ਸਪਸ਼ਟ ਕਰੋ ਜਾਂ ਜੀਨ ਸੱਚ ਪੱਲੇ ਹੋਏ ਨਾਟਕ ਦੀ ਪਾਤਰ ਚਿੱਤਰਣਕਾਰੀ ਤੇ ਨੋਟ ਲਿਖੋ ਸੋ ਇਹਨਾਂ ਦੋਨਾਂ ਦੇ ਵਿੱਚੋਂ ਵੀ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੈ ਤੇ 10 ਮਾਰਕਸ ਦਾ ਤੁਹਾਡਾ ਆਨਸਰ ਹੁੰਦਾ ਹੈ ਸੋ ਨੈਕਸਟ ਆ ਗਿਆ ਜੀ 3 ਨੰਬਰ ਤੇ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ ਸੋ ਤੁਹਾਡੇ ਸਾਹਮਣੇ ਪ੍ਰਸ਼ਨ ਦਿੱਤੇ ਹੋਏ ਜੀ ਇਹਨਾਂ ਨੇ 8 ਅੱਠ ਪ੍ਰਸ਼ਨ ਦਿੱਤੇ ਹੋਏ ਹੈ ਤੇ ਇਹਨਾਂ ਅੱਠਾਂ ਦੇ ਵਿੱਚੋਂ ਤੁਸੀਂ ਕਿਸੇ ਪੰਜ ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਆ ਤੁਹਾਡਾ ਇੱਕ ਆਨਸਰ 2 ਮਾਰਕਸ ਦਾ ਹੁੰਦਾ ਹੈ 2 ਨੰਬਰ ਦਾ ਤੁਹਾਡਾ ਆਨਸਰ ਹੁੰਦਾ ਹੈ ਤੇ ਟੋਟਲ ਤੁਸੀਂ 10 ਮਾਰਕਸ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦੇ ਕੇ ਲੈ ਸਕਦੇ ਹੋ ਸੋ ਇਸੀ ਦਾ ਜੀ ਕੁਸ਼ਨ ਪੇਪਰ ਆਪਾਂ ਨੈਕਸਟ ਚੱਲਦੇ ਹਾਂ ਜੀ ਨੈਕਸਟ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਇਸ YouTube ਚੈਨਲ ਤੇ ਹਰ ਇੱਕ ਕੁਸ਼ਨ ਪੇਪਰ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਹਰ ਇੱਕ ਕਲਾਸ ਸਟਰੀਮ ਸਬਜੈਕਟ ਦੇ ਨਾਲ ਸੰਬੰਧਿਤ ਕੁਸ਼ਨ ਪੇਪਰ ਇਸ YouTube ਚੈਨਲ ਤੇ ਮੈਂ ਅਪਲੋਡ ਕਰਦੀ ਰਹਿਣੀ ਆ ਸੋ ਤੁਸੀਂ ਆਪਣੇ ਫਰੈਂਡਸ ਦੇ ਨਾਲ ਇਸ YouTube ਚੈਨਲ ਦਾ ਲਿੰਕ ਸ਼ੇਅਰ ਜ਼ਰੂਰ ਕਰੋ ਭਾਵੇਂ ਉਹ ਸਟੂਡੈਂਟਸ ਆ ਬੀਏ ਫਰਸਟ ਸੈਮੈਸਟਰ ਦੇ ਵਿੱਚ ਨੇ ਸੈਕਿੰਡ ਦੇ ਵਿੱਚ ਨੇ ਥਰਡ ਦੇ ਵਿੱਚ ਨੇ ਕਿਸੇ ਵੀ ਸੈਮੈਸਟਰ ਦੇ ਵਿੱਚ ਨੇ ਬੀਏ ਕਰ ਰਿਹਾ ਬੀਸੀਏ ਕਰ ਰਿਹਾ ਬੀਐਸਸੀ ਕਰ ਰਿਹਾ ਬੀਐਡ ਕਰ ਰਿਹਾ ਐਮਐਡ ਕਰ ਰਿਹਾ ਸੋ ਲਿੰਕ ਜੋ ਤੁਹਾਡੇ WhatsApp ਗਰੁੱਪ ਬਣੇ ਹੁੰਦੇ ਨੇ ਆਪਣੇ ਫਰੈਂਡਸ ਤੇ ਸੋ ਜ਼ਰੂਰ ਇਸ YouTube ਚੈਨਲ ਦਾ ਲਿੰਕ ਸ਼ੇਅਰ ਕਰ ਦਿਓ ਤਾਂ ਜੋ ਮੈਨੂੰ ਵੀ ਮੋਟੀਵੇਸ਼ਨ ਮਿਲ ਸਕੇ ਤੇ ਮੈਂ ਹੋਰ ਵੀ ਵੀਡੀਓਜ਼ ਤੁਹਾਡੇ ਲਈ ਬਣਾ ਸਕਾਂ ਸੋ ਟਾਈਮ ਟੂ ਟਾਈਮ ਮੈਂ ਵੀਡੀਓਜ਼ ਨੂੰ ਅਪਲੋਡ ਕਰਦੀ ਕਰਦੀ ਰਹਿਣੀ ਆ ਸੋ ਤੁਸੀਂ ਚੈਨਲ ਨੂੰ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਸੋ ਨੈਕਸਟ ਮੈਂ ਤੁਹਾਨੂੰ ਸ਼ੋ ਕਰਵਾ ਰਹੀਆਂ ਜੀ ਨੈਕਸਟ ਆ ਗਿਆ ਜੀ 4ਥ ਨੰਬਰ ਕੁਐਸਚਨ ਇਹਨਾਂ ਨੇ ਲਿਖਿਆ ਜੀ ਕੋਈ ਚਾਰ ਪ੍ਰਸ਼ਨਾਂ ਦੇ ਉੱਤਰ ਦਿਓ ਸੋ ਤੁਹਾਨੂੰ 6th ਕੁਐਸਚਨ ਪੁੱਛੇ ਜਾਂਦੇ ਨੇ 6 ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਤੁਸੀਂ ਕਿਸੇ ਚਾਰ ਕੁਐਸਚਨ ਦੇ ਅਨਸਰ ਦੇਣੇ ਹੁੰਦੇ ਆ ਸੋ 5 ਮਾਰਕਸ ਦਾ ਤੁਹਾਡਾ ਇੱਕ ਅਨਸਰ ਹੁੰਦਾ ਹੈ ਤੇ ਟੋਟਲ ਤੁਸੀਂ 20 ਮਾਰਕਸ ਗੇਨ ਕਰ ਸਕਦੇ ਹੋ ਨੈਕਸਟ 5th ਨੰਬਰ ਆ ਗਿਆ ਜੀ ਕੁਐਸਚਨ ਇਹਨਾਂ ਨੇ ਲਿਖਿਆ ਜੀ ਰੀਤੀ ਜਾਂ ਔਚਿਤ੍ਰਜ ਸੰਪਰਦਾਇ ਵਿੱਚੋਂ ਕਿਸੇ ਇੱਕ ਦੇ ਨੋਟ ਲਿਖੋ ਸੋ ਦੋ ਦਿੱਤੇ ਹੋਏ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਜਾਂ ਤੁਸੀਂ ਰੀਤੀ ਦੇ ਲਿਖ ਦਿਓ ਜਾਂ ਤੁਸੀਂ ਔਚਿਤ੍ਰਜ ਸੰਪਰਦਾਇ ਤੇ ਲਿਖ ਦਿਓ ਤੇ 10 ਮਾਰਕਸ ਦਾ ਤੁਹਾਡਾ ਆਨਸਰ ਹੁੰਦਾ ਹੈ 6 ਨੰਬਰ ਤੇ ਆ ਗਿਆ ਜੀ ਜਨਮ ਸਾਖੀ ਜਾਂ ਸਿਰਫੀ ਕਾਵ ਰੂਪਕਾਰਾਂ ਵਿੱਚੋਂ ਕਿਸੇ ਇੱਕ ਦੇ ਤੱਤਾਂ ਉੱਤੇ ਚਾਨਣਾ ਪਾਓ ਸੋ ਇਹਦੇ ਵਿੱਚ ਵੀ ਦੋ ਹੈ ਜੀ ਤੁਹਾਡੇ ਕੋਲੋਂ ਜਾਂ ਤੁਸੀਂ ਜਨਮ ਸਾਖੀ ਦੇ ਲਿਖ ਸਕਦੇ ਹੋ ਜਾਂ ਸੀ ਰਫੀ ਕਾਫ ਰੂਪਕਾਰਾ ਇੰਦੀ ਇੰਦੀ ਬਾਰੇ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਤੇ 10 ਮਾਰਕਸ ਦਾ ਤੁਹਾਡਾ ਆਨਸਰ ਹੋਵੇਗਾ ਸੋ ਇਹ ਸੀਗਾ ਜੀ ਤੁਹਾਡਾ ਕੰਪਲੀਟ ਕੁਐਸਚਨ ਪੇਪਰ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਆਪਣੇ ਫਰੈਂਡਸ ਜੋ ਤੁਹਾਡੇ ਕਲਾਸਮੇਟ ਆ ਉਹਨਾਂ ਦੇ ਨਾਲ ਵੀ ਸ਼ੇਅਰ ਕਰੋ ਜਿਨ੍ਹਾਂ ਕੋਲ ਪੰਜਾਬੀ ਇਲੈਕਟਿਵ ਸਬਜੈਕਟ ਹੈ ਸੋ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਆ ਕਰੋ ਤਾਂ ਜੋ ਮੈਨੂੰ ਮੋਟੀਵੇਸ਼ਨ ਮਿਲੇ ਤੇ ਮੈਂ ਹੋਰ ਵੀ ਵੀਡੀਓਜ਼ ਤੁਹਾਡੇ ਲਈ ਅਪਲੋਡ ਕਰ ਸਕਾਂ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਕਿਹੜਾ ਕੁਐਸਚਨ ਪੇਪਰ ਚਾਹੀਦਾ ਹੈ ਫਿਰ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਉਹੀ ਕੁਐਸਚਨ ਪੇਪਰ ਪ੍ਰੋਵਾਈਡ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਦੀ ਆ ਥੈਂਕਸ ਫॉर ਵਾਚਿੰਗ